ਸਰ, ਇਸ ਤਰ੍ਹਾਂ ਹੈ ਜੀ, ਜਿਹੜਾ ਹਰਿਆਣਾ ਹੈ ਵੱਲੋਂ ਹਾਈਵੇ ਬੰਦ ਕੀਤਾ ਗਿਆ, ਉੱਥੇ ਬੈਰੀਕੇਡ ਕਰਕੇ ਉਹਨਾਂ ਨੇ ਹਾਈਵੇ ਬੰਦ ਕਰਤਾ, ਜਿਸ 'ਤੇ ਅਸੀਂ ਅੱਜ ਰਾਜਪੁਰਾ ਵਿਖੇ ਮਯੂਰ ਸਿੰਘ ਢਾਬੇ ਤੋਂ ਸਾਰੀ ਜਿਹੜੀ ਟ੍ਰੈਫਿਕ ਹੈ ਰਾਜਪੁਰਾ ਗਗਨ ਚੌਂਕ ਤੋਂ ਹੁੰਦੇ ਹੋਏ ਬਨੂੜ ਤੋਂ ਡੇਰਾਬੱਸੀ ਲਾਲੜੂ ਵਾਇਆ ਅੰਬਾਲਾ ਇੱਕ ਰੋਡ ਮੈਪ ਤਿਆਰ ਸਰ ਅਸੀਂ ਹੋਰ ਕੀਤਾ ਹੈ ਮਾਨਯੋਗ ਐਸ ਐਸ ਪੀ ਸਾਹਿਬ ਦੇ ਹੁਕਮਾਂ ਮੁਤਾਬਕ, SSP ਸਾਹਿਬ ਪਟਿਆਲਾ ਦੇ ਹੁਕਮਾਂ ਮੁਤਾਬਕ, ਜਿਹੜਾ ਕਿ ਇੱਥੋਂ ਜੀਰਕਪੁਰ ਤੋਂ ਨਾਢਾ ਸਾਹਿਬ ਸਹਿਜਾਦਪੁਰ ਵਾਇਆ ਅੰਬਾਲਾ ਇੱਕ ਸਰ ਅਸੀਂ ਰੋਡ ਮੈਪ ਇਹ ਤਿਆਰ ਕੀਤਾ ਹੈ ਜੀ, ਜਿਹੜਾ ਕਿ ਸਰ ਸਰਹੰਦ ਬਾਈਪਾਸ ਹੈ ਜੀ, ਉਹਦੇ ਥੱਲੇ ਤੋਂ ਹੋ ਕੇ ਜੀ ਪਟਿਆਲਾ ਭਿਹੋਵਾ ਅਤੇ ਭੇਵੇ ਤੋਂ ਹੁੰਦੇ ਹੋਏ ਜੀ ਸਰ ਦਿੱਲੀ ਪਹੁੰਚ ਸਕਦੇ ਹਾਂ, ਅਤੇ ਇਹ ਤਿੰਨ ਰੋਡ ਮੈਪ ਨੇ ਜੀ ਸਾਡੇ ਵੱਲੋਂ ਜਾਰੀ ਕੀਤੇ ਗਏ ਨੇ ਮਾਨਯੋਗ SSP ਸਾਹਿਬ ਦੇ ਦਿਸ਼ਾ ਨਿਰਦੇਸ਼ ਅਤੇ DSP ਟ੍ਰੈਫਿਕ ਦੀ ਰਹਿਨੁਮਾਈ ਹੈ, ਅਤੇ ਇਸ ਕਰਕੇ ਜਿਹੜੀ ਟ੍ਰੈਫਿਕ ਹੈ ਜੋ ਸਾਡੇ ਠੀਕ ਚੱਲ ਰਹੀ ਹੈ, ਥੋੜ੍ਹਾ ਟਰੱਸ਼ ਤਾਂ ਹੈਗਾ ਪਰ ਅਸੀਂ ਟ੍ਰੈਫਿਕ ਬਿਲਕੁਲ ਸਮੂਥਲੀ ਚੱਲ ਰਹੀ ਹੈ। ਦੇਖੋ ਜੀ ਪਰੇਸ਼ਾਨੀ ਬਹੁਤ ਹੋ ਰਹੀ ਹੈ, ਜਿਹੜਾ ਟਾਈਮ ਇੱਥੋਂ ਜਿਹੜੀ ਟ੍ਰੈਫਿਕ ਹੈ ਜੀ ਉਹ ਬਹੁਤ ਸਮਾਂ ਲੈ ਰਹੀ ਹੈ ਲੰਘਣ 'ਤੇ, ਕਿਉਂਕਿ ਰੋਡ ਛੋਟਾ ਹੈ ਟ੍ਰੈਫਿਕ ਜ਼ਿਆਦਾ ਹੈ, ਕਿਉਂਕਿ ਹਾਈਵੇ ਦੀ ਟ੍ਰੈਫਿਕ ਥੱਲੇ ਆ ਜਾਂਦੀ ਹੈ ਤਾਂ ਦੇਖੋ ਜੀ ਦਿੱਕਤ ਸਮੱਸਿਆ ਬਹੁਤ ਆ ਰਹੀ ਹੈ, ਜਿਹੜੇ ਲੋਕਾਂ ਨੇ ਏਅਰਪੋਰਟ 'ਤੇ ਜਾਣਾ ਉਹਨਾਂ ਨੂੰ ਵੀ ਇਸ ਕੰਮ ਦਿੱਕਤ ਵਿੱਚ ਦਿੱਕਤ ਆ ਰਹੀ ਹੈ। ਡੇਰਾਬੱਸੀ ਲਾਲੜੂ ਸਰ, ਇਸ ਤਰ੍ਹਾਂ ਹੈ ਜੀ, ਜਿਹੜਾ ਹਰਿਆਣਾ ਹੈ ਵੱਲੋਂ ਹਾਈਵੇ ਬੰਦ ਕੀਤਾ ਗਿਆ, ਉੱਥੇ ਬੈਰੀਕੇਡ ਕਰਕੇ ਉਹਨਾਂ ਨੇ ਹਾਈਵੇ ਬੰਦ ਕਰਤਾ, ਜਿਸ 'ਤੇ ਅਸੀਂ ਅੱਜ ਰਾਜਪੁਰਾ ਵਿਖੇ ਮਯੂਰ ਸਿੰਘ ਢਾਬੇ ਤੋਂ ਸਾਰੀ ਜਿਹੜੀ ਟ੍ਰੈਫਿਕ ਹੈ ਰਾਜਪੁਰਾ ਗਗਨ ਚੌਂਕ ਤੋਂ ਹੁੰਦੇ ਹੋਏ ਬਨੂੜ ਤੋਂ ਡੇਰਾਬੱਸੀ ਲਾਲੜੂ ਵਾਇਆ ਅੰਬਾਲਾ ਇੱਕ ਰੋਡ ਮੈਪ ਤਿਆਰ ਸਰ ਅਸੀਂ ਹੋਰ ਕੀਤਾ ਹੈ ਮਾਨਯੋਗ SSP ਸਾਹਿਬ ਦੇ ਹੁਕਮਾਂ ਮੁਤਾਬਕ, SSP ਸਾਹਿਬ ਪਟਿਆਲਾ ਦੇ ਹੁਕਮਾਂ ਮੁਤਾਬਕ, ਜਿਹੜਾ ਕਿ ਇੱਥੋਂ ਜੀਰਕਪੁਰ ਤੋਂ ਨਾਢਾ ਸਾਹਿਬ ਸਹਿਜਾਦਪੁਰ ਵਾਇਆ ਅੰਬਾਲਾ ਇੱਕ ਸਰ ਅਸੀਂ ਰੋਡ ਮੈਪ ਇਹ ਤਿਆਰ ਕੀਤਾ ਹੈ ਜੀ, ਜਿਹੜਾ ਕਿ ਸਰ ਸਰਹੰਦ ਬਾਈਪਾਸ ਹੈ ਜੀ, ਉਹਦੇ ਥੱਲੇ ਤੋਂ ਹੋ ਕੇ ਜੀ ਪਟਿਆਲਾ ਭਿਹੋਵਾ ਅਤੇ ਭੇਵੇ ਤੋਂ ਹੁੰਦੇ ਹੋਏ ਜੀ ਸਰ ਦਿੱਲੀ ਪਹੁੰਚ ਸਕਦੇ ਹਾਂ, ਅਤੇ ਇਹ ਤਿੰਨ ਰੋਡ ਮੈਪ ਨੇ ਜੀ ਸਾਡੇ ਵੱਲੋਂ ਜਾਰੀ ਕੀਤੇ ਗਏ ਨੇ ਮਾਨਯੋਗ SSP ਸਾਹਿਬ ਦੇ ਦਿਸ਼ਾ ਨਿਰਦੇਸ਼ ਅਤੇ DSP ਟ੍ਰੈਫਿਕ ਦੀ ਰਹਿਨੁਮਾਈ ਹੈ, ਅਤੇ ਇਸ ਕਰਕੇ ਜਿਹੜੀ ਟ੍ਰੈਫਿਕ ਹੈ ਜੋ ਸਾਡੇ ਠੀਕ ਚੱਲ ਰਹੀ ਹੈ, ਥੋੜ੍ਹਾ ਟਰੱਸ਼ ਤਾਂ ਹੈਗਾ ਪਰ ਅਸੀਂ ਟ੍ਰੈਫਿਕ ਬਿਲਕੁਲ ਸਮੂਥਲੀ ਚੱਲ ਰਹੀ ਹੈ। ਦੇਖੋ ਜੀ ਪਰੇਸ਼ਾਨੀ ਬਹੁਤ ਹੋ ਰਹੀ ਹੈ, ਜਿਹੜਾ ਟਾਈਮ ਇੱਥੋਂ ਜਿਹੜੀ ਟ੍ਰੈਫਿਕ ਹੈ ਜੀ ਉਹ ਬਹੁਤ ਸਮਾਂ ਲੈ ਰਹੀ ਹੈ ਲੰਘਣ 'ਤੇ, ਕਿਉਂਕਿ ਰੋਡ ਛੋਟਾ ਹੈ ਟ੍ਰੈਫਿਕ ਜ਼ਿਆਦਾ ਹੈ, ਕਿਉਂਕਿ ਹਾਈਵੇ ਦੀ ਟ੍ਰੈਫਿਕ ਥੱਲੇ ਆ ਜਾਂਦੀ ਹੈ ਤਾਂ ਦੇਖੋ ਦਿੱਕਤ ਸਮੱਸਿਆ ਬਹੁਤ ਆ ਰਹੀ ਹੈ, ਜਿਹੜੇ ਲੋਕਾਂ ਨੇ ਏਅਰਪੋਰਟ 'ਤੇ ਜਾਣਾ ਹੈ ਉਹਨਾਂ ਨੂੰ ਵੀ ਇਸ ਕੰਮ ਦਿੱਕਤ ਵਿੱਚ ਦਿੱਕਤ ਆ ਰਹੀ ਹੈ। ਡੇਰਾਬੱਸੀ ਲਾਲੜੂ ਸਰ, ਇਸ ਤਰ੍ਹਾਂ ਹੈ ਜੀ, ਜਿਹੜਾ ਹਰਿਆਣਾ ਹੈ ਵੱਲੋਂ ਹਾਈਵੇ ਬੰਦ ਕੀਤਾ ਗਿਆ, ਉੱਥੇ ਬੈਰੀਕੇਡ ਕਰਕੇ ਉਹਨਾਂ ਨੇ ਹਾਈਵੇ ਬੰਦ ਕਰਤਾ, ਜਿਸ 'ਤੇ ਅਸੀਂ ਅੱਜ ਰਾਜਪੁਰਾ ਵਿਖੇ ਮਯੂਰ ਸਿੰਘ ਢਾਬੇ ਤੋਂ ਸਾਰੀ ਜਿਹੜੀ ਟ੍ਰੈਫਿਕ ਹੈ ਰਾਜਪੁਰਾ ਗਗਨ ਚੌਂਕ ਤੋਂ ਹੁੰਦੇ ਹੋਏ ਬਨੂੜ ਤੋਂ ਡੇਰਾਬੱਸੀ ਲਾਲੜੂ ਵਾਇਆ ਅੰਬਾਲਾ ਇੱਕ ਰੋਡ ਮੈਪ ਤਿਆਰ ਸਰ ਅਸੀਂ ਹੋਰ ਕੀਤਾ ਹੈ ਮਾਨਯੋਗ SSP ਸਾਹਿਬ ਦੇ ਹੁਕਮਾਂ ਮੁਤਾਬਕ, SSP ਸਾਹਿਬ ਪਟਿਆਲਾ ਦੇ ਹੁਕਮਾਂ ਮੁਤਾਬਕ, ਜਿਹੜਾ ਕਿ ਇੱਥੋਂ ਜੀਰਕਪੁਰ ਤੋਂ ਨਾਢਾ ਸਾਹਿਬ ਸਹਿਜਾਦਪੁਰ ਵਾਇਆ ਅੰਬਾਲਾ ਇੱਕ ਸਰ ਅਸੀਂ ਰੋਡ ਮੈਪ ਇਹ ਤਿਆਰ ਕੀਤਾ ਹੈ ਜੀ, ਜਿਹੜਾ ਕਿ ਸਰ ਸਰਹੰਦ ਬਾਈਪਾਸ ਹੈ ਜੀ, ਉਹਦੇ ਥੱਲੇ ਤੋਂ ਹੋ ਕੇ ਜੀ ਪਟਿਆਲਾ ਭਿਹੋਵਾ ਅਤੇ ਭੇਵੇ ਤੋਂ ਹੁੰਦੇ ਹੋਏ ਜੀ ਸਰ ਦਿੱਲੀ ਪਹੁੰਚ ਸਕਦੇ ਹਾਂ, ਅਤੇ ਇਹ ਤਿੰਨ ਰੋਡ ਮੈਪ ਨੇ ਜੀ ਸਾਡੇ ਵੱਲੋਂ ਜਾਰੀ ਕੀਤੇ ਗਏ ਨੇ ਮਾਨਯੋਗ SSP ਸਾਹਿਬ ਦੇ ਦਿਸ਼ਾ ਨਿਰਦੇਸ਼ ਅਤੇ DSP ਟ੍ਰੈਫਿਕ ਦੀ ਰਹਿਨੁਮਾਈ ਹੈ, ਅਤੇ ਇਸ ਕਰਕੇ ਜਿਹੜੀ ਟ੍ਰੈਫਿਕ ਹੈ ਜੋ ਸਾਡੇ ਠੀਕ ਚੱਲ ਰਹੀ ਹੈ, ਥੋੜ੍ਹਾ ਟਰੱਸ਼ ਤਾਂ ਹੈਗਾ ਪਰ ਅਸੀਂ ਟ੍ਰੈਫਿਕ ਬਿਲਕੁਲ ਸਮੂਥਲੀ ਚੱਲ ਰਹੀ ਹੈ। ਦੇਖੋ ਜੀ ਪਰੇਸ਼ਾਨੀ ਬਹੁਤ ਹੋ ਰਹੀ ਹੈ, ਜਿਹੜਾ ਟਾਈਮ ਇੱਥੋਂ ਜਿਹੜੀ ਟ੍ਰੈਫਿਕ ਹੈ ਜੀ ਉਹ ਬਹੁਤ
ਸਮਾਂ ਲੈ ਰਹੀ ਹੈ ਲੰਘਣ 'ਤੇ, ਕਿਉਂਕਿ ਰੋਡ ਛੋਟਾ ਹੈ, ਟ੍ਰੈਫਿਕ ਜ਼ਿਆਦਾ ਹੈ, ਕਿਉਂਕਿ ਹਾਈਵੇ ਦੀ ਟ੍ਰੈਫਿਕ ਥੱਲੇ ਆ ਜਾਂਦੀ ਹੈ ਤਾਂ ਦੇਖੋ ਦਿੱਕਤ ਸਮੱਸਿਆ ਬਹੁਤ ਆ ਰਹੀ ਹੈ। ਜਿਹੜੇ ਲੋਕਾਂ ਨੇ ਏਅਰਪੋਰਟ 'ਤੇ ਜਾਣਾ ਹੈ ਉਹਨਾਂ ਨੂੰ ਵੀ ਇਸ ਕੰਮ ਦਿੱਕਤ ਵਿੱਚ ਦਿੱਕਤ ਆ ਰਹੀ ਹੈ। ਤੁਸੀਂ ਇੱਥੋਂ ਕੱਢ ਰਹੇ ਸਾਰੀ ਡੇਰਾਬਸੀ ਲਾਲ ਰੋਡ।